ਸਤਿਕਾਲ ਜੀ, ਮੈਂ ਤੁਹਾਡਾ ਰਣਜੀਤ ਸਿੰਘ ਢਿੱਲੋਂ ਤੇ ਅੱਜ ਅਸੀਂ ਫਿਰ ਆਪਣੇ ਇੱਕ ਹੋਣਹਾਰ ਸਟੂਡੈਂਟ ਦੇ ਨਾਲ ਤੁਹਾਨੂੰ ਇੰਟਰਵਿਊ ਲਈ ਲੈ ਕੇ ਆਏ ਹਾਂ। ਅਤੇ ਇਹਨਾਂ ਦਾ ਨਾਮ ਅਰਸ਼ਦੀਪ ਆ ਅਤੇ ਇਹਨਾਂ ਨੇ ਕੁਛ ਟਾਈਮ ਪਹਿਲਾਂ, ਕੋਈ 10-15-20 ਦਿਨ ਪਹਿਲਾਂ ਆਪਣਾ ਟੈਸਟ ਦਿੱਤਾ ਆ ਅਤੇ 0 ਗਲਤੀ ਨਾਲ ਪਾਸ ਹੋਏ ਸੀਗੇ। ਅਤੇ ਅੱਜ ਇਹਨਾਂ ਦਾ ਡਰਾਈਵਰੀ ਦਾ ਗੁਈਰੇ ਦਾ ਟੈਸਟ ਸੀਗਾ ਅਤੇ ਅੱਜ ਉਹਦੇ 'ਚੋਂ ਵੀ ਪਾਸ ਹੋ ਗਿਆ, ਆਪਣਾ ਲਾਇਸੈਂਸ ਲੈ ਕੇ ਆਏ ਨੇ ਅੱਜ। ਅਤੇ ਅਰਸ਼ਦੀਪ, ਤੁਹਾਨੂੰ ਸਾਡੇ ਸਾਰੀ ਟੀਮ ਵੱਲੋਂ ਅਤੇ ਦਾਸ ਵੱਲੋਂ ਬਹੁਤ ਬਹੁਤ ਮੁਬਾਰਕਾਂ ਕਿ ਤੁਸੀਂ ਅੱਜ ਆਪਣਾ ਜਿਹੜਾ ਏਮ ਸੀਗਾ ਤੁਹਾਡਾ ਕਿ ਲਾਇਸੈਂਸ ਲੈਣਾ ਆ, ਸੋ ਅੱਜ ਤੁਸੀਂ ਉਹ ਕਲੀਅਰ ਕੀਤਾ। ਅਤੇ ਤੁਹਾਨੂੰ ਕਿਵੇਂ ਦਾ ਲੱਗਿਆ ਸਾਡੇ ਕੋਲ ਕੋਚਿੰਗ ਲੈ ਕੇ? ਸਾਡੀ ਜਿਹੜੀ ਵੈਬਸਾਈਟ ਨੀਟ ਐਂਡ ਬ੍ਰਦਰਸ ਔਨਲਾਈਨ ਸਾਰੇ ਸਟੂਡੈਂਟ ਕਰਦੇ ਨੇ, ਉਹਨਾਂ ਤੋਂ ਕਿੰਨਾ ਤੁਹਾਨੂੰ ਬੈਨੀਫਿਟ, ਕਿੰਨਾ ਵਧੀਆ ਲੱਗਿਆ ਪੜ੍ਹ ਕੇ? ਬਿਲਕੁਲ ਵੀ ਜਿਹੜੀ ਇਹਨਾਂ ਨੂੰ ਇਟਾਲੀਅਨ ਨਹੀਂ ਆਉਂਦੀ, ਕਿਉਂਕਿ ਜਦੋਂ ਆਏ ਸੀਗੇ ਤੇ ਨਾਲ ਦੀ ਨਾਲ ਹੀ ਤੁਸੀਂ ਕੰਮ ਤੇ ਲੱਗ ਗਏ ਸੀਗੇ। ਸੋ ਖੇਤੀ ਦਾ ਕੰਮ ਕਰਦੇ ਨੇ ਵੀਰ ਅਤੇ ਸਾਈਕਲ 'ਤੇ ਕਾਫੀ ਮਾਰਚ ਕਰਕੇ ਆਉਂਦੇ ਰਹੇ ਨੇ ਅਤੇ ਮੀਂਹ ਪੈਣਾ, ਬਾਰਿਸ਼, ਜਿੱਦਾਂ ਦਾ ਵੀ ਮੌਸਮ ਰਿਹਾ ਇੱਥੇ ਇਟਲੀ ਦੇ ਵਿੱਚ, ਅਤੇ ਫਿਰ ਵੀ ਪਹੁੰਚ ਕੇ ਆਪਣੀ ਕਲਾਸ ਲਗਾਉਂਦੇ ਰਹੇ ਨੇ। ਅਤੇ ਇਹਨਾਂ ਨੇ ਸਾਡੇ ਕੋਲ ਸਟੱਡੀ ਕੀਤੀ ਆ, ਟੋਟਲ 4 ਮਹੀਨੇ ਸਟੱਡੀ ਕੀਤੀ ਆ, ਅਤੇ ਥੋੜ੍ਹਾ ਗੈਪ ਤਾਂ ਪੈ ਗਿਆ ਕਿ ਨਹੀਂ ਆਇਆ ਜਾਂਦਾ ਦੂਰ ਤੋਂ ਆਉਣ ਕਰਕੇ, ਸਾਈਕਲ 'ਤੇ ਕਿਸੇ ਵੇਲੇ ਕਲਾਸ ਮਿਸ ਹੋ ਜਾਣੀ। ਪਰ ਸੋ ਫਿਰ ਵੀ ਇਹਨਾਂ ਨੇ ਸਾਡੀ ਜਿਹੜੀ ਵੈਬਸਾਈਟ ਘਰ ਬੈਠ ਕੇ ਕਾਫੀ ਹੱਦ ਤੱਕ ਪੜ੍ਹ ਕੇ ਇਹਨਾਂ ਨੇ ਆਪਣੀ ਆ ਜਿਹੜੀ ਸਟੱਡੀ ਕੰਪਲੀਟ ਕੀਤੀ ਆ। ਤੁਸੀਂ ਹੋਰ ਜਿਹੜੇ ਸਟੂਡੈਂਟ ਪੜ੍ਹ ਰਹੇ ਨੇ, ਸਾਡੇ ਔਨਲਾਈਨ ਪੜ੍ਹ ਰਹੇ ਜਾਂ ਕੋਚਿੰਗ ਲੈ ਰਹੇ ਨੇ, ਉਹਨਾਂ ਵਾਸਤੇ ਕੁਝ ਤੁਹਾਡਾ ਸੁਣਿਆ ਕਿ ਕਈ ਕਹਿੰਦੇ ਨੇ ਸਾਨੂੰ ਬਿਲਕੁਲ ਵੀ ਇਟਾਲੀਅਨ ਨਹੀਂ ਆਉਂਦੀ ਸਰ ਜੀ, ਅਸੀਂ ਕਿੱਦਾਂ ਕਰ ਸਕਦੇ ਹਾਂ, ਉਹਨਾਂ ਬਾਰੇ ਕੁਛ ਕਹਿ ਸਕਦੇ? ਇਹ ਤਾਂ ਕੋਈ ਮੁਸ਼ਕਲ ਨਹੀਂ ਹੈਗੀ, ਅਗਰ ਅਸੀਂ ਰੈਗੂਲਰ ਸਟੱਡੀ ਕਰਾਂਗੇ, ਰਿਪੀਟ ਕਰਾਂਗੇ ਤਾਂ ਉਹ ਆਪਣੇ ਆਪ ਮੈਮਰੀ ਆ ਜਾਂਦੀ। ਓਕੇ ਜੀ, ਜਿੱਦਾਂ ਤੁਸੀਂ ਕਲਾਸ ਲਗਾਈ ਜਾਂ ਔਨਲਾਈਨ ਘਰ ਬੈਠ ਕੇ ਪੜ੍ਹੇ, ਦੁਬਾਰਾ ਰਿਵੀਜ਼ਨ ਕਰੋ ਉਸ ਚੀਜ਼ ਨੂੰ, ਜ਼ਰੂਰੀ ਅਤੇ ਰਿਵੀਜ਼ਨ ਜ਼ਰੂਰੀ ਆ। ਕੋਈ ਵੀ ਜਿਹੜੀ ਚੀਜ਼ ਆ ਪਹਿਲੀ ਵਾਰੀ ਤਾਂ ਕਿਸੇ ਨੂੰ ਵੀ ਨਹੀਂ ਆਉਂਦੀ, ਤੁਸੀਂ 2 ਵਾਰੀ ਪੜ੍ਹੋਗੇ, ਵੱਧ ਤੋਂ ਵੱਧ 3 ਵਾਰੀ ਪੜ੍ਹੋਗੇ, ਅਤੇ ਜਿੰਨਾ ਪੜ੍ਹੋਗੇ ਉਹਨਾਂ ਤੁਹਾਡੇ ਦਿਮਾਗ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਪਵੇਗੀ। ਸੋ ਜਿਹੜੇ ਵੀ ਸਾਡੇ ਸਟੂਡੈਂਟਸ ਨੇ ਜਾਂ ਹੋਰ ਸਾਡੇ ਕੋਲ ਪੜ੍ਹਨਾ ਚਾਹੁੰਦੇ ਨੇ, ਹਰ ਵੀਡੀਓ ਦੇ ਨਾਲ ਅਸੀਂ ਆਪਣਾ ਕੰਟੈਕਟ ਨੰਬਰ ਦਿੰਦੇ ਹਾਂ, ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ। ਸੋ ਬੜੇ ਹੀ ਈਜ਼ਲੀ ਤਰੀਕੇ ਦੇ ਨਾਲ ਅਤੇ ਵਧੀਆ ਤਰੀਕੇ ਦੇ ਨਾਲ ਤੁਸੀਂ ਘਰ ਬੈਠ ਕੇ ਸਾਡੇ ਕੋਲ ਕੋਚਿੰਗ ਕਲਾਸਿਸ ਲੈ ਕੇ ਆਪਣੀ ਜਿਹੜੀ ਸਟੱਡੀ ਆ ਬੀ ਲਾਇਸੈਂਸ ਦੀ ਕਲੀਅਰ ਕਰ ਸਕਦੇ ਜੋ, ਸੀ ਲਾਇਸੈਂਸ ਦੀ, ਅਤੇ ਉਸ ਤੋਂ ਬਾਅਦ ਚੀਕੂਚੀ ਦੀਆਂ ਵੀ ਕਲਾਸਾਂ ਜਿਹੜੀਆਂ ਨੇ ਸਾਡੀਆਂ ਚੱਲ ਰਹੀਆਂ ਨੇ, ਤੁਸੀਂ ਸਾਡੇ ਕੋਲ ਹੈਲਪ ਲੈ ਸਕਦੇ ਜੋ। ਹੋਰ ਵੀ ਕਿਸੇ ਤਰ੍ਹਾਂ ਦੀ ਜਿਹੜੀ ਹੈਲਪ ਆ, ਕਿਸੇ ਵੀ ਨਿਊਜ਼ ਬਾਰੇ, ਕਿਸੇ ਕੋਈ ਹੋਰ ਆਪਣੇ ਡਾਕੂਮੈਂਟਸ ਬਾਰੇ ਜਿਹੜੀ ਤੁਸੀਂ ਲੈਣੀ ਚਾਹੁੰਦੇ ਹੋ, ਤਾਂ ਸਾਡਾ ਕੰਟੈਕਟ ਕਰ ਸਕਦੇ ਹੋ। ਅਤੇ ਇੱਕ ਵਾਰੀ ਸਾਡੇ ਸਾਰੇ ਸਟਾਫ ਵੱਲੋਂ, ਨਿੱਠੇ ਵੀਰ ਵੱਲੋਂ ਅਤੇ ਸਾਰਿਆਂ ਵੱਲੋਂ ਅਤੇ ਦਾਸ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਅਤੇ ਤੁਸੀਂ ਅੱਗੇ ਵਧੋ ਫੁੱਲੋ, ਪਰਮਾਤਮਾ ਅੱਗੇ ਅਸੀਂ ਇਹੀ ਅਰਦਾਸ ਆ ਸਾਰੇ ਸਟੂਡੈਂਟਾਂ ਵਾਸਤੇ। ਤੋ ਤਦ ਤੱਕ ਸਾਡੇ ਸਾਰੇ ਸਟਾਫ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।